ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰੇਸ਼ਨ YouTube ਚੈਨਲ ਤੇ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਉਹ ਮੇਰੇ ਸਰਬ ਕ੍ਰੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੈਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨ ਜਿਹੜੇ ਸਾਂਝੇ ਕਰ ਸਕਾਂ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਮੈਂ ਇਹ ਇੱਕ ਬੇਬੀ ਬੂਟ ਬਣਾਇਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਆਪਣਾ ਇਹ ਬੇਬੀ ਬੂਟ ਇਸ ਨੂੰ ਬਣਾਉਣ ਲਈ ਮੈਂ 10 ਨੰਬਰ ਸਲਾਈਂਗਾਂ ਲਈਆਂ ਹੋਣਗੀਆਂ। 10 ਪਲਾਈ ਪਛਮਨਾਲ ਬਣਾਇਆ ਹੋਇਆ ਹੈ। ਅੱਜ ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਇਹ ਬਣਾਉਣਾ ਜਿਹੜਾ ਦੱਸਾਂਗੀ। ਇਹ 1.5 ਤੋਂ 2 ਸਾਲ ਦੇ ਬੱਚੇ ਨੂੰ ਆਰਾਮ ਨਾਲ ਆ ਜਾਏਗਾ। ਉੱਪਰ ਇਸ ਦੇ ਜਿਹੜਾ ਡਿਜ਼ਾਈਨ ਬਣਾਇਆ ਹੋਇਆ। ਜੇਕਰ ਆਪਾਂ ਇਸ ਨੂੰ ਕਿਸੇ ਹੋਰ ਪਛਮਨਾਲ ਬਣਾ ਰਹੇ ਹਾਂ। ਤਾਂ ਮੈਂ ਤੁਹਾਨੂੰ ਇਸ ਦੀ ਜਿਹੜੀ ਲੰਬਾਈ ਹੈ ਉਹ ਦੱਸ ਦਿੰਨੀ ਇਹ 1.5 ਇੰਚ ਲੰਬਾਈ ਹੈ ਇਸ ਦੀ ਤੇ 5 ਇੰਚ ਲੰਬਾਈ ਜਿਹੜੀ ਆਪਣੀ ਇਧਰੋਂ ਹੈ 1.75 ਇੰਚ ਲੰਬਾਈ ਇਧਰੋਂ ਆਪਣੀ ਇਧਰੋਂ ਜਿਹੜੀ ਲੰਬਾਈ ਹੈ ਆਪਣੀ ਇਹ 5.5 ਇੰਚ ਤੇ ਹੁਣ ਆਪਾਂ ਇਸ ਨੂੰ ਬਣਾਉਣਾ ਜਿਹੜਾ ਸਟਾਰਟ ਕਰਾਂਗੇ ਇਹ ਵਿੱਚ ਮੈਂ ਡੋਰੀ ਜਿਹੜੀ ਬਣਾ ਕੇ ਪਾਈ ਹੋਈ ਹੈ ਇਸ ਨੂੰ ਬਣਾਉਣ ਵਾਸਤੇ ਆਪਾਂ ਸਲਾਈ ਤੇ 50 ਕੁੰਡੇ ਜਿਹੜੇ ਪਾਉਣੇ ਕੁੰਡੇ ਆਪਾਂ ਨੂੰ ਜਿਵੇਂ ਵੀ ਸੌਖੇ ਲੱਗਦੇ ਹੁਣ ਆਵੇਂ ਆਪਾਂ ਜਿਹੜੇ ਆਪਾਂ ਪਾ ਲੈਣੇ ਆ ਕੁੰਡੇ ਮੈਂ ਜਿਹੜਾ ਇਹ ਤਾਗਾ ਇਸ ਤਰ੍ਹਾਂ ਦੁਹਰਾ ਕੀਤਾ ਹੋਇਆ ਤੇ ਹੁਣ ਇਹ ਆਪਣੇ ਤਾਗੇ ਦੀ ਜਿਹੜੀ ਕਿਨਾਰੀ ਹੈ ਇਸ ਨੂੰ ਥੋੜਾ ਜਿਹਾ ਛੱਡ ਗਏ ਆਪਾਂ ਦੋ ਵਾਰ ਦੇ ਲੈਣੇ ਇਸ ਤਰ੍ਹਾਂ ਇੱਕ ਵਾਰ ਦੋ ਹੁਣ ਇਹ ਤਾਗਾ ਆਪਾਂ ਇਸ ਦੇ ਵਿੱਚ ਦੀ ਜਿਹੜਾ ਲੰਗਾਉਣਾ ਇਹ ਆਪਣੀ ਸਲਾਈ ਉੱਪਰ ਪਾ ਲੈਣਾ। ਤੇ ਇਸ ਨੂੰ ਜਿਹੜਾ ਥੋੜਾ ਜਿਹਾ ਆਪਾਂ ਕੱਸ ਦੇਣਾ। ਹੁਣ ਇਹ ਤਾਗਾ ਆਪਾਂ ਇਹ ਆਪਾਂ ਤਾਗਾ ਜਿਹੜਾ ਦੂਰਾ ਹੈ ਇੱਧਰ ਕਰ ਲੈਣਾ ਤੇ ਕਹਿਰਾ ਤਾਗਾ ਜਿਹੜਾ ਆਪਾਂ ਪੈਰ ਦੇ ਅੰਗੂਠੇ ਨਾਲ ਜਿਹੜਾ ਇਹ ਲਪੇਟ ਲੈਣਾ। ਕੁੰਡੇ ਆਪਾਂ ਨੂੰ ਜਿਵੇਂ ਸੌਖੇ ਲੱਗਦੇ ਹੁਣ ਆਪਾਂ ਓਵੇਂ ਹੀ ਪਾ ਲੈਣੇ ਆ। ਇਹ ਆਪਣੇ ਇੱਕ ਕੁੰਡਾ ਨੋਟ ਵਾਲਾ ਹੁਣ ਆਪਾਂ ਇਸ ਤਰ੍ਹਾਂ ਕੁੰਡੇ ਪਾ ਲੈਣੇ। ਦੋ ਕੁੰਡੇ। ਫਿਰ ਇਸ ਤਰ੍ਹਾਂ ਵાળ ਦਿੱਤਾ। ਇਹ ਤਾਗਾ ਵਿੱਚ ਦੀ ਕੱਢ ਕੇ ਸਲਾਈ ਉੱਪਰ ਪਾ ਲੈਣੇ। ਤਿੰਨ ਕੁੰਡੇ ਹੋ ਗਏ ਆਪਨੇ। ਫਿਰ ਇਸ ਤਰ੍ਹਾਂ ਵાળ ਦੇ ਕੇ ਇਹ ਤੱਗ ਐੜਾ ਆਪਾ ਕੱਢ ਕੇ ਸਲਾਈ ਉੱਪਰ ਪਾ ਲੈਣਾ। ਇਸੇ ਤਰ੍ਹਾਂ ਕਰਕੇ ਆਪਾਂ ਜਿਹੜੇ 50 ਗੁੰਡੇ ਪਾ ਲੈਣੇ ਆਪਣੀ ਸਲਾਈ ਤੇ। ਇਹ ਮੈਂ 50 ਗੁੰਡੇ ਹੁਣ ਜਿਹੜੇ ਸਲਾਈ ਤੇ ਪਾ ਲਈ ਤੇ ਹੁਣ ਆਪਾਂ ਆਪਣੀ ਪਹਿਲੀ ਸਲਾਈ ਸਟਾਰਟ ਕਰਾਂਗੇ ਸਿੱਧੇ ਪਾਸੇ ਤੋਂ ਸਾਰੀ ਸਲਾਈ ਆਪਾਂ ਉਲਟੀ ਬਣ ਕੇ ਕੰਪਲੀਟ ਕਰਨੀ ਹੈ ਇਸੇ ਤਰ੍ਹਾਂ ਆਪਾਂ ਸਾਰੇ ਕੁੰਡੇ ਆਪਣੇ ਸਾਰੀ ਸਲਾਈ ਇਹ ਉਲਟੀ ਬਣ ਕੇ ਕੰਪਲੀਟ ਕਰ ਲੈਣੀ। ਹੁਣੇ ਸਿੱਧੇ ਪਾਸੇ ਤਾਂ ਜਿਹੜੀ ਆਪਣੀ ਸਲਾਈ ਉਲਟੀ ਬਣ ਕੇ ਕੰਪਲੀਟ ਕਰ ਲਈ ਤੇ ਹੁਣ ਆਪਾਂ ਉਲਟੇ ਪਾਸੇ ਤਾਂ। ਉਲਟੇ ਪਾਸੇ ਤੋਂ ਵੀ ਆਪਾਂ ਜਿਹੜੀ ਸਾਰੀ ਸਲਾਈ ਹੈ ਆਪਣੀ ਉਲਟੀ ਬਣ ਕੇ ਕੰਪਲੀਟ ਕਰਨੀ ਹੈ। ਇਸੇ ਤਰ੍ਹਾਂ ਸਾਰੀ ਸਲਾਈ ਆਪਾਂ ਉਲਟੀ ਬਣ ਕੇ ਕੰਪਲੀਟ ਕਰ ਲੈਣੀ ਹੈ ਹੁਣ ਸਿੱਧੇ ਪਾਸੇ ਤੋਂ ਵੀ ਉਲਟੀ ਸਲਾਈ ਕੰਪਲੀਟ ਹੋ ਗਈ ਤੇ ਉਲਟੇ ਪਾਸੇ ਤੋਂ ਵੀ ਉਲਟੀ ਸਲਾਈ ਕੰਪਲੀਟ ਹੋ ਗਈ ਇਸੇ ਤਰ੍ਹਾਂ ਆਪਾਂ 12 ਲਾਈਨ ਆਪਾਂ ਬਣਾ ਲੈਣੀ ਹੈ ਇਹ 1 2 3 4 5 6 7 8 9 10 11 12 ਇਹ 12 ਲਾਈਨ ਆਪਾਂ ਬਣਾ ਲੈਣੀ ਹੈ 24 ਲੰਗ 12 ਲੈਣਾ ਬਣ ਜਾਣਗੀਆਂ ਆਪਣੀਆਂ ਇਹ ਉਲਟੀਆਂ-ਉਲਟੀਆਂ ਸਿੱਧੇ ਪਾਸੇ ਤੋਂ ਵੀ ਉਲਟੀਆਂ ਤੇ ਉਲਟੇ ਪਾਸੇ ਤੋਂ ਵੀ ਉਲਟੀਆਂ ਸਲਾਂਗ ਮੈਂ ਇਹ ਬਣਾ ਕੇ ਕੰਪਲੀਟ ਕਰ ਲੈਂਦੀ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਇਹ ਆਪਾਂ ਦੱਸੂਗੀ ਬਣਾਉਣਾ ਹੁਣ 12 ਲੈਣਾ ਜਿਹੜੀਆਂ ਮੈਂ ਉਹ ਬਣਾ ਲੈਂਗੂੰ 1 2 3 4 5 6 7 8 9 10 11 12 ਇਹ ਆਪਣੀਆਂ 12 ਲੈਣਾ ਹੋਗੀਆਂ ਹੁਣ ਆਪਾਂ 12 ਕੁੰਡੇ ਆਪਣੇ ਬੰਦ ਕਰਨੇ ਇਸੇ ਤਰ੍ਹਾਂ ਉਲਟ ਸਲਾਈ ਨਾਲ ਆਪਾਂ ਦੋ ਦੇਖ ਕੀਤਾ ਇਹ ਆਪਣਾ ਸਿੱਧਾ ਪਾਸਾ ਫਿਰ ਆਪਾਂ ਕੁੰਡਾ ਵਾਪਸ ਉਸੇ ਸਲਾਈ 'ਚ ਪਾ ਕੇ ਦੋ ਦੇਖ ਕੀਤਾ ਦੋ ਕੁੰਡੇ ਕੱਟ ਗਏ ਆਪਣੇ ਫਿਰ ਉਸੇ ਤਰ੍ਹਾਂ ਕੁੰਡਾ ਘਟਾਇਆ ਆਪਾਂ तीन कुंडे कट गई फिर उसी तरह कुंडा कटाया आप, चार कुंडे कट गई पांच कुंडे कट गए आपने फिर दो दक कीता 6 सात ਸਤ ਕੁੰਡੇ ਘਾਟ ਕੇ 8 9 10 11 12 ਇਹ ਆਪਣੇ 12 ਕੁੰਡੇ ਆਪਾਂ ਘਟਾ ਲਏ हम दूसरे गुंडे आप उल्टे बन के कंप्लीट कर लेनी सिलाई सारी सिलाई अपना यह उल्टी बन है सारे कुंडे ये उल्टे बन लेने आप हमने सीधे पासे तो बारह कूडे अपनी घटा बंद करकेी सारी सिलाई मैं ये उल्टी कंपलीट कर ली हम इस उल्ट पासे थे हूँ इधरों भी आप बारह कुंडे जे बंद करने हैं दो एक कूडा आप बंद करता दोद कुे बंद हो गए तीन सात, आठ, नौ, दस 11 12 ਬਾਨਾ ਕੁੰਡੇ ਆਪਣੇ ਬੰਦ ਹੋਗੇ 12 ਕੁੰਡੇ ਇਧਰੋਂ ਬੰਦ ਹੋਗੇ ਤੇ 12 ਇਧਰੋਂ 24 ਕੁੰਡੇ ਆਪਣੇ ਬੰਦ ਹੋਗੇ ਹੁਣ ਆਪਣੇ ਕੋਲ 2 4 6 8 10 12 14 16 18 20 22 24 25 26 ਕੁੰਡੇ ਰਹਿ ਗਏ 50 ਕੁੰਡੇ ਸੀ ਆਪਣੇ ਕੋਲੇ 24 ਕੁੰਡੇ ਬੰਦ ਹੋਗੇ 26 ਕੁੰਡੇ ਆਪਣੇ ਕੋਲ ਰਹਿ ਗਏ ਉਨੇ ਇਹ ਆਪਣਾ ਉਲਟ ਪਾਸ ਹੈ ਇਹ ਗੁੰਡੇ ਜਿਹੜੇ ਆਪਾਂ ਉਲਟੇ ਬਣ ਕੇ ਕੰਪਲੀਟ ਕਰ ਲੈਣੇ 26 ਗੁੰਡੇ ਆਪਾਂ ਇਹ ਉਲਟੇ ਬਣ ਲੈਣੇ ਕਾਲਟੀ ਸਲਾਈ ਆਪਣੀ ਕੰਪਲੀਟ ਹੋ ਗਈ ਹੁਣ ਆਪਾਂ ਸਿੱਧੇ ਪਾਸੇ ਤੇ ਹੁਣ ਆਪਾਂ ਇਹ ਆਪਾਂ ਡੋਰੀ ਪਾਈ ਹੋਈ ਏ ਇੱਥੇ ਆਪਾਂ ਹੁਣ ਇਹ ਡਿਜ਼ਾਈਨ ਬਣਾਉਣਾ ਆਪਣਾ ਇਹ ਕੁੰਡਾ ਜਿਹੜਾ ਆਪਣਾ ਇਹ ਆ ਪਲਟਾ ਬਣ ਲੈਣਾ ਸੋਰੀ ਆਪਾਂ ਇਸ ਨੂੰ ਸਿੱਧਾ ਬਣਾਵਾਂਗੇ ਸਿੱਧਾ ਬਣ ਲੈ ਆਪਾਂ ਤਾਗਾ ਭਾਗੇ ਕਰ ਲੈਣਾ ਦੋ ਦੇ ਇੱਕ ਕਰ ਦੇਣਾ ਅੱਗੇ ਤਾਗਾ ਅੱਗੇ ਫੇਰ ਦੋ ਦੇ ਤਾਗਾ ਅੱਗੇ ਦੋ ਦਾ ਇੱਕ ਇਸੇ ਤਰ੍ਹਾਂ ਕਰਕੇ ਆਪਾਂ ਇਹ ਸਾਰੇ ਕੁੰਡੇ ਆਪਣੀ ਜਿਹੜੀ ਸਾਰੀ ਸਿਲਾਈ ਕੰਪਲੀਟ ਕਰ ਲੈਣੀ ਹੈ ਤਾਗਾ ਅੱਗੇ ਕਰਕੇ ਦੋ ਦਾ ਇੱਕ ਕਰ ਦੇਣਾ ਹੁਣੇ ਸਿੱਧੇ ਪਾਸੇ ਤੋਂ ਆਪਣੀ ਸਾਰੀ ਸਲਾਈ ਕੰਪਲੀਟ ਹੋ ਗਈ। ਲਾਸਟ ਤੇ ਵੀ ਆਪਣਾ ਦੋ ਦਾ ਇੱਕ ਤਾਗਾ ਅੱਗੇ ਇੱਕ ਹੁੰਡਾ ਸਿੱਧਾ ਲਾਸਟ ਵਾਲਾ। ਹੁਣ ਉਲਟੀ ਸਲਾਈ ਆਪਾਂ। ਉਲਟੀ ਸਲਾਈ ਆਪਾਂ ਸਾਰੀ ਉਲਟੀ ਬਣ ਕੇ ਕੰਪਲੀਟ ਕਰ ਲੈਣੀ। ਸਾਰੀ ਆਪਾਂ ਸਲਾਈ ਇਹ ਉਲਟੀ ਬਣ ਕੇ ਕੰਪਲੀਟ ਕਰ ਲੈਣੀ। ਹਨ ਉਲਟੇ ਪਾਸੇ ਤੋਂ ਉਲਟੀ ਸਲਾਈ ਆਪਣੀ ਕੰਪਲੀਟ ਹੋ ਗਈ ਹੁਣ ਆਪਾਂ ਸਿੱਧੇ ਪਾਸੇ ਤੇ ਹੁਣ ਆਪਾਂ ਇਹ ਆਪਣੀ ਜਿਹੜੀ ਉਲਟੀ ਲਾਈਨ ਹੈ ਇਹ ਬਣ ਕੇ ਕੰਪਲੀਟ ਕਰਨੀ ਹੈ ਆਪਾਂ ਸਿੱਧੇ ਪਾਸੇ ਤੋਂ ਵੀ ਇੱਕ ਸਲਾਈ ਆਪਾਂ ਉਲਟੀ ਬਣਨੀ ਹੈ ਤੇ ਉਲਟੇ ਪਾਸੇ ਤੋਂ ਵੀ ਇੱਕ ਉਲਟੀ ਬਣ ਕੇ ਕੰਪਲੀਟ ਕਰ ਲੈਣੀ ਹੈ ਹੁਣ ਆਪਣੀ ਸਿੱਧੇ ਪਾਸੇ ਤੋਂ ਵੀ ਉਲਟੀ ਸਿਲਾਈ ਕੰਪਲੀਟ ਹੋ ਗਈ ਤੇ ਉਲਟੇ ਪਾਸੇ ਤੋਂ ਵੀ ਉਲਟੀ ਸਿਲਾਈ ਕੰਪਲੀਟ ਹੋ ਗਈ ਹੁਣ ਆਪਾਂ ਜਿਹੜੀਆਂ ਆਪਣੀਆਂ ਸਿੱਧੀਆਂ ਸਿਲਾਈਆਂ ਇਹ ਚਾਰ ਸਿੱਧੀਆਂ ਸਿਲਾਈਆਂ ਮੈਂ ਬਣ ਕੇ ਜਿਹੜੀਆਂ ਕੰਪਲੀਟ ਕਰੂੰਗੀ ਸਿੱਧੇ ਪਾਸੇ ਤੋਂ ਸਿੱਧੀਆਂ ਸਿਲਾਈਆਂ ਤੇ ਉਲਟੇ ਪਾਸੇ ਤੋਂ ਉਲਟੀਆਂ ਬਣ ਕੇ ਕੰਪਲੀਟ ਕਰ ਲੈਣੀਆਂ ਆਪਾਂ ਇਹ ਇਹ ਆਪਣੇ ਸਿੱਧੇ ਪਾਸੇ ਤੋਂ ਸਿੱਧੀ ਸਿਲਾਈ ਕੰਪਲੀਟ ਹੋ ਗਈ ਤੇ ਉਲਟੇ ਪਾਸੇ ਤੋਂ ਆਪਾਂ ਉਲਟੀ ਸਿਲਾਈ ਬਣ ਕੇ ਕੰਪਲੀਟ ਕਰਨੀ ਐ। ਇਸੇ ਤਰ੍ਹਾਂ ਆਪਾਂ ਚਾਰ ਸਲੰਗ ਦੀ ਬਣਾਈ ਕਰ ਲੈਣੀ ਆਪਾਂ। ਹੁਣ ਇਹ ਆਪਣੀਆਂ ਚਾਰ ਸਲੰਗਾਂ ਕੰਪਲੀਟ ਹੋ ਗਈਆਂ। ਹੁਣ ਆਪਾਂ ਇਹ ਉਲਟੀ ਸਿਲਾਈ ਸਿੱਧੇ ਪਾਸੇ ਤੋਂ ਵੀ ਉਲਟੀ ਤੇ ਉਲਟ ਪਾਸੇ ਤੋਂ ਵੀ ਉਲਟੀ ਬਣ ਕੇ ਕੰਪਲੀਟ ਕਰ ਲੈਣੀ ਉਸ ਤੋਂ ਬਾਅਦ ਸਿੱਧੇ ਪਾਸੇ ਤੋਂ ਆਪਣਾ ਇਹ ਦੋ ਦੇਕ ਕਰਕੇ ਜਿਹੜਾ ਆਪਾਂ ਇੱਥੇ ਡਿਜ਼ਾਈਨ ਬਣਾਇਆ ਸੀ ਫਿਰ ਆਪਾਂ ਇਹ ਡਿਜ਼ਾਈਨ ਬਣਾ ਲੈਣਾ ਫਿਰ ਇੱਕ ਸਲਾਈ ਉਲਟੀ ਸਿੱਧੇ ਪਾਸੇ ਤੋਂ ਵੀ ਉਲਟੀ ਤੇ ਉਲਟ ਪਾਸੇ ਤੋਂ ਵੀ ਉਲਟੀ ਉਸ ਤੋਂ ਬਾਅਦ ਫਿਰ ਆਪਾਂ ਚਾਰ ਸਲਾਈਆਂ ਇਹ ਸਿੱਧੀਆਂ ਬਣਾਈ ਕਰ ਲੈਣੀਆਂ ਮੈਂ ਇੱਥੋਂ ਤੱਕ ਬਣਾਈ ਕਰ ਲੈਣੀ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੀ ਹੁਣ ਮੈਂ ਇਸ ਨੂੰ ਇਥੋਂ ਤੱਕ ਬਣ ਕੇ ਜਿਹੜਾ ਕੰਪਲੀਟ ਕਰ ਲਿਆ ਇਥੋਂ ਤੱਕ ਜਿਹੜਾ ਆਪਣਾ ਇਹ ਇਸ ਦੀ ਬਣਾਈ ਕੰਪਲੀਟ ਹੋ ਗਈ ਹੁਣ ਆਪਾਂ 1 2 3 4 ਇਹ ਚਾਰ ਲਾਈਨ ਆਪਾਂ ਉਲਟੀਆਂ ਬਣ ਕੇ ਕੰਪਲੀਟ ਕਰਨੀਆਂ ਸਿੱਧੇ ਪਾਸੇ ਤੋਂ ਵੀ ਉਲਟੀਆਂ ਤੇ ਉਲਟੇ ਪਾਸੇ ਤੋਂ ਵੀ ਉਲਟੀਆਂ ਇਹ ਆਪਣਾ ਸਿੱਧਾ ਪਾਸਾ ਇਹ ਆਪਾਂ ਸੌ ਕੁਛ ਦਾ ਜਿਹੜਾ ਬਾਰਡਰ ਬਣਾਉਣਾ ਦੋਨਾਂ ਪਾਸਿਆਂ ਤੋਂ ਉਲਟੀਆਂ ਸਲਾਈਆਂ ਬੁਣ ਕੇ ਚਾਰ ਲਾਈਨਾਂ ਆਪਣੀਆਂ ਕੰਪਲੀਟ ਕਰ ਲੈਣੀਆਂ ਆਪਾਂ ਹਣ 4 ਲੈਣਾ ਮੈਂ ਇਹ ਬਣ ਕੇ ਕੰਪਲੀਟ ਕਰ ਲਈਆ 1 2 3 4 ਹੁਣ ਇਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਆਪਾਂ ਕੁੰਡੇ ਬੰਦ ਕਰਨੇ ਇਹ ਆਪਣਾ ਉਲਟ ਪਾਸਾ ਹੈ ਉਲਟੇ ਪਾਸੇ ਤੋਂ ਆਪਾਂ ਕੁੰਡੇ ਜਿਹੜੇ ਬੰਦ ਕਰਾਂਗੇ ਫਿਰ ਆਪਣੀ ਜਿਹੜੀ ਇਸ ਤਰ੍ਹਾਂ ਚੈਨ ਬਣ ਕੇ ਆਉਂਦੀ ਹੈ ਉੱਪਰ ਦੋ ਦਾ ਪੈਕ ਕੀਤਾ ਇੱਕ ਹੁੰਡਾ ਬੰਦ ਹੋ ਗਿਆ ਫੇਰ ਦੋ ਦਾ ਇੱਕ ਕੀਤਾ ਇੱਕ ਹੁੰਡਾ ਬੰਦ ਫੇਰ ਦੋ ਦਾ ਇੱਕ ਫੇਰ ਦੋ ਦਾ ਇੱਕ ਫੇਰ ਦੋ ਦਾ ਇੱਕ ਇਸੇ ਤਰ੍ਹਾਂ ਕਰਕੇ ਆਪਾਂ ਸਾਰੇ ਕੁੰਡੇ ਬੰਦ ਕਰ ਲੈਣੇ ਆ ਹੁਣ ਕੁੰਡੇ ਆਪਾਂ ਬੰਦ ਕਰ ਲਏ ਇਸ ਤਰ੍ਹਾਂ ਤੇ ਇੱਥੇ ਆਪਣੇ ਲਾਸਟ ਵਾਲਾ ਕੁੰਡਾ आप तागा थोड़ा जहाँ करके कट लेना ही नहीं आप सिलाई कर लेनी है फिर तो इसकी नोट लगा देनी है आप नोट लगा तो बाद हम आपको इसकी सिलाई करनी है ये अपना उल्ट पास है सीधा पासा जो इस तरह विच कर लेना है ਹੁਣ ਆਪਾਂ ਇਸ ਦੀ ਸਿਲਾਈ ਕਰਨੀ ਹੈ ਇੱਥੋਂ ਲੈ ਕੇ ਆਪਾਂ ਇਸ ਤਰ੍ਹਾਂ ਇੱਥੋਂ ਤੱਕ ਆਪਾਂ ਇਹਦੀ ਸਿਲਾਈ ਕਰਨੀ ਹੈ ਸਿਲਾਈ ਜਿਹੜੀ ਆਪਾਂ ਕਰਨੀ ਆਪਾਂ ਜਿਹੜਾ ਆਪਣਾ ਇਹ ਆਪਣਾ ਡਿਜ਼ਾਈਨ ਡਿਜ਼ਾਈਨ ਨੂੰ ਆਪਾਂ ਡਿਜ਼ਾਈਨ ਨਾਲ ਇਸ ਤਰ੍ਹਾਂ ਮਿਲਾ ਕੇ ਸਿਲਾਈ ਕਰਨੀ ਹੈ ਤੇ ਇਧਰ ਆਪਣਾ ਜਿਹੜਾ ਬਾਰਡਰ ਹੈ ਬਾਰਡਰ ਨੂੰ ਬਾਰਡਰ ਨਾਲ ਆਪਾਂ ਮਿਲਾ ਕੇ ਸਿਲਾਈ ਕਰਨੀ ਹੈ ਨਹੀਂ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਠਾ ਉੱਪਰ ਹੋਊਗਾ ਤੇ ਸੋਹਣਾ ਨਹੀਂ ਲੱਗਦਾ ਫਿਰ ਡਿਜ਼ਾਈਨ ਆਪਣਾ ਸਭ ਤੋਂ ਪਹਿਲਾਂ ਆਪਾਂ ਇੱਥੇ ਜਿਹੜੀ ਨੋਟ ਲਗਾ ਲੈਣੀ ਹੈ ਆਪਣੀ ਇਹ ਆਪਣੀ ਨੋਟ ਲੱਗ ਗਈ ਹੁਣ ਆਪਾਂ ਜਿਹੜੀ ਇਧਰੋਂ ਆਪਣੀ ਉੱਪਰਲੀ ਚੈਨ ਇਹ ਇਧਰ ਲਈ ਆਪਣੀ ਜਿਹੜੀ ਉੱਪਰਲੀ ਚੈਨ ਜਿਹੜੀ ਆਪਣੀ ਉੱਪਰਲੇ ਕੁੰਡੇ ਉੱਪਰਲੇ ਤਾਗੇ ਇਧਰ ਰੀਚਾ ਕੇ ਕੀਤੇ ਇਧਰ ਰੀਚਾ ਕੇ ਸਲਾਈ ਇਹ ਜਿਹੜੀ ਆਪਾਂ ਕਰ ਲੈਣੀ ਹੈ ਇਸੇ ਤਰ੍ਹਾਂ ਆਪਾਂ ਸਾਰੀ ਸਿਲਾਈ ਕਰ ਲੈਣੀ ਹੈ ਸਾਰੀ ਸਿਲਾਈ ਆਪਾਂ ਇਹ ਕਰ ਲੈਣੀ ਹੈ ਹੁਣ ਸਿਲਾਈ ਜਿਹੜੀ ਆਪਣੀ ਹੁਣ ਕੰਪਲੀਟ ਹੋ ਗਈ ਹੁਣ ਆਪਾਂ ਬੇਬੀ ਬੂਟ ਨੂੰ ਸਿੱਧਾ ਕਰਦੇ ਹਾਂ ਇਸ ਤਰ੍ਹਾਂ ਸਿੱਧਾ ਕਰ ਲੈਣਾ ਆਪਾਂ ਬੇਬੀ ਬੂਟ ਹੈ ਜਿਹੜਾ ਆਪਣਾ ਬਣ ਕੇ ਕੰਪਲੀਟ ਹੋ ਚੁੱਕਿਆ ਹੈ ਬਹੁਤ ਹੀ ਸੋਹਣਾ ਆਪਣਾ ਇਹ ਬੂਟ ਬਣਿਆ ਬੇਬੀ ਬੂਟ ਤੇ ਹੁਣ ਮੈਂ ਇਹ ਡੋਰੀ ਬਣਾ ਕੇ ਰੱਖੀ ਹੋਈ ਹੈ ਤੇ ਇਸ ਵਿੱਚ ਡੋਰੀ ਜਿਹੜੀ ਆਪਾਂ ਪਾ ਲੈਣੀ ਹੈ ਇਸ ਨੂੰ ਆਪਾਂ ਕਰੋਸ਼ੀ ਇਹਦੀ ਮਦਰ ਨਾਲ ਜਿਹੜੀ ਪਾ ਲੈਣਾ ਇੱਕ ਜਾਲੀ ਦੀ ਆਪਾਂ ਉੱਪਰ ਦੀ ਕਰਾਂਗੇ ਇੱਕ ਦੇ نیچے ਦੀ ਕਰਾਂਗੇ ਇਸ ਤਰ੍ਹਾਂ ਇਸੇ ਤਰ੍ਹਾਂ ਆਪਾਂ ਇਹ ਆਪਣੀ ਡੋਰੀ ਪਾ ਲੈਣੀ ਡੋਰੀ ਪਾਉਣ ਤੋਂ ਬਾਅਦ ਬੂਟ ਜਿਹੜੇ ਆਪਣੇ ਬੇਬੀ ਬੂਟ ਕਹਿ ਲਓ ਜਾਂ ਬੇਬੀ ਸੌਕਸ ਕਹਿ ਲਓ ਬਣ ਕੇ ਕੰਪਲੀਟ ਇਸ ਡੋਰੀ ਨਾਲ ਬੂਟ ਆ ਜਿਹੜੇ ਆਪਣੇ ਸੌਕਸ ਹੈ ਬੱਚੇ ਦੀ ਇਹ ਬੱਚੇ ਦੇ ਪੈਰ ਵਿੱਚੋਂ ਡੇਗ ਦਿਗਾਣੀ ਬਹੁਤ ਹੀ ਸੋਹਣੇ ਬੂਟ ਬਣੇ ਆਪਣੇ ਇਹ ਤੇ ਬਣਾਈ ਵਿੱਚ ਵੀ ਬਹੁਤ ਆਸਾਨ ਹੈ। ਇਹੇ ਕਰ ਮੇਰੀਆਂ ਭੈਣਾਂ ਨੂੰ 베ਬੀ ਸੌਕਸ ਜਾਂ 베ਬੀ ਬੂਟ ਕਹਿ ਲਓ ਪਸੰਦ ਆਏ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ। ਤਾਂ ਜੋ ਮੈਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨ ਜਿਹੜੇ ਸਾਂਝੇ ਕਰ ਸਕਾਂ। ਧੰਨਵਾਦ।